ਅੱਜ ਡਿਪਟੀ ਕਮਿਸ਼ਨਰ ਮਲੇਰਕੋਟਲਾ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ ਦੁਆਰਾ ਸੰਦੌੜ ਵਿਖੇ ਮੀਂਹ ਦੇ ਪਾਣੀ ਨਾਲ ਜ਼ਮੀਨ ਦੋਜ ਹੋਏ ਟੋਭੇ ਦਾ ਨਿਰੀਖਣ ਕੀਤਾ ਗਿਆ। ਬਾਰਿਸ਼ ਨਾਲ ਜ਼ਮੀਨ ਦੋਜ ਹੋਏ ਇਸ ਟੋਭੇ ਦਾ ਨਿਰੀਖਣ ਕਰਨ ਪਹੁੰਚੇ DC ਸਾਹਿਬਾ ਨੇ ਇਸ ਮੌਕੇ ਅਧਿਕਾਰੀਆਂ ਅਤੇ ਟੋਭੇ ਦਾ ਨਿਰਮਾਣ ਕਰਵਾ ਰਹੇ ਠੇਕੇਦਾਰ ਅਤੇ ਹੋਰ ਸੰਬੰਧਿਤ ਵਿਅਕਤੀਆਂ ਨੂੰ ਫਟਕਾਰ ਲਗਾਈ ਅਤੇ ਇਹ ਕੰਮ ਜਲਦੀ ਤੋਂ ਜਲਦੀ ਨੇਪਰੇ ਚੜ੍ਹਨ ਦੀ ਹਦਾਇਤ ਕੀਤੀ। ਨਾ ਉਹ ਚੋਰਾਂ ਦਾ ਮਾਲ ਹੈ।
ਮੇਰਾ ਤਾਂ ਆਹੀ ਹੈਗਾ ਨੀ ਮੇਨ, ਬਾਕੀ ਇੱਕ ਅੱਧਾ ਮੈਂ